ਮਾਘੀ ਮੇਲੇ ਤੇ ਕਿਸਾਨ ਵੀਰਾਂ ਲਈ ਇਹ ਟਰੈਕਟਰ ਆਪਾਂ 26 ਲੱਖ ਰੁਪਏ ਦੇ ਵਿੱਚ ਦੇ ਰਹੇ ਹਾਂ। ਜੇ ਕੋਈ ਕਿਸਾਨ ਵੀਰ ਆਪਣਾ ਮਾਘੀ ਮੇਲੇ ਦੇ ਟਾਈਮ ਤੇ ਇਹਨੂੰ ਬੁੱਕ ਕਰਾਉਂਦਾ ਤੇ ਆਪਾਂ ਉਹਨੂੰ 26 ਲੱਖ ਦੇ ਵਿੱਚ ਟਰੈਕਟਰ ਦੇਵਾਂਗੇ। ਇਹਦੇ ਵਿੱਚ ਆਪਣੀ ਲਿਫਟ ਕਪੈਸਿਟੀ ਹੈਗੀ ਹੈ 3000 ਕਿਲੋ। ਠੀਕ ਹੈ ਜੀ, ਠੀਕ ਹੈ ਜੀ। ਬਟ ਜੇ ਕੋਈ ਕਸਟਮਰ ਕਹਿੰਦਾ ਕਿ ਮੈਂ ਜ਼ਿਆਦਾ ਲਿਫਟ ਕਪੈਸਿਟੀ ਕਰਨੀ ਹੈ ਤਾਂ ਇਹਦੇ ਵਿੱਚ ਆਪਾਂ ਹਜੇ 1 ਸਿਲੰਡਰ ਲਾਇਆ ਹੋਇਆ। ਓਕੇ, ਦੂਜੇ ਸਿਲੰਡਰ ਦਾ ਆਪਾਂ ਪ੍ਰੋਵੀਜ਼ਨ ਦੇ ਤਾ। ਠੀਕ ਹੈ, ਜੇ ਕਸਟਮਰ ਕੋਈ ਚਾਹੁੰਦਾ ਹੈ ਤਾਂ ਆਪਣੇ ਕੋਲ ਆਪਸ਼ਨ ਹੈਗਾ ਅਤੇ ਇਹਦੀ ਲਿਫਟ ਕਪੈਸਿਟੀ ਆਪਾਂ 3500 kg ਤੱਕ ਕਰ ਸਕਦੇ ਹਾਂ। ਇਹ ਜੋਇਸਟਿਕ ਕਿਹਦੇ ਵਾਸਤੇ ਦਿੱਤੀ ਹੈ, ਜਿਵੇਂ ਆਪਾਂ ਲੋਡਰ ਲਗਾਉਣਾ। ਹਾਂਜੀ, ਤੇ ਲੋਡਰ ਲਗਾਉਣ ਵਾਸਤੇ ਆਪਾਂ ਨੂੰ ਕੀ ਹੈ ਕਿ ਅਲੱਗ ਤੋਂ ਇੱਕ ਵੈਲ ਲਗਵਾਉਂਦੇ ਆ ਲੋਕੀ, ਬਾਹਰੋਂ ਫਿਟਿੰਗ ਕਰਾਉਂਦੇ ਆ। ਬਿਲਕੁਲ ਜੀ, ਠੀਕ ਹੈ। ਫਿਰ ਉਹ ਪੂਰਾ ਸਿਸਟਮ, ਪਾਈਪਾਂ ਪੂਈਪਾਂ ਸਭ ਕੁਝ ਬਾਹਰੋਂ ਦਿਸਦਾ ਹੁੰਦਾ। ਆਪਾਂ ਇਹੋ ਜਿਹਾ ਕੋਈ ਸਿਸਟਮ ਨਹੀਂ ਰੱਖਿਆ। ਕਸਟਮਰ ਨੇ ਸਿਰਫ ਅਟੈਚਮੈਂਟ ਲਗਾਉਣੀ ਹੈ ਆਪਣਾ, ਜਿਹੜਾ ਇਹਦੇ 'ਚ ਸਟੀਅਰਿੰਗ ਹੈ ਉਹ ਟਿਲਟੇਬਲ ਵੀ ਹੈਗਾ। ਹਾਂਜੀ, ਤੇ ਪਲੱਸ ਟੈਲੀਸਕੋਪਿਕ ਵੀ ਹੈ। ਇਹ ਦੋਨੋਂ ਆਪਾਂ ਨੂੰ ਆਪਸ਼ਨ ਮਿਲ ਜਾਂਦੀਆਂ ਇਹਦੇ ਵਿੱਚ ਕਿ ਇਹਦੀ ਤੁਸੀਂ ਹਾਈਟ ਵੀ ਐਡਜਸਟ ਕਰ ਸਕਦੇ ਹੋ ਅਤੇ ਇਹਨੂੰ ਆਪਾਂ ਇੱਦਾਂ ਅੱਗੇ ਪਿੱਛੇ ਉੱਪਰ ਥੱਲੇ ਵੀ ਕਰ ਸਕਦੇ ਹਾਂ। ਮੈਕਸੀਮਮ ਟੋਰਕ ਹੈ ਇੰਜਨ ਦਾ, ਉਹ 375 Nm ਦਾ ਟੋਰਕ ਦਿੰਦਾ ਇਹਦਾ ਇੰਜਨ। ਠੀਕ ਹੈ ਜੀ। PTO ਪਾਵਰ ਦੀ ਗੱਲ ਕਰੀਏ ਆਪਾਂ, PTO ਪਾਵਰ ਇਹਦੇ 'ਚ ਆਪਾਂ ਨੂੰ 78.5 HP ਦੀ PTO ਪਾਵਰ ਮਿਲਦੀ ਪਈ ਹੈ। ਠੀਕ ਹੈ ਜੀ। ਅਤੇ ਕੋਈ ਵੀ ਐਪਲੀਕੇਸ਼ਨ, ਕੋਈ ਵੀ ਇੰਪਲੀਮੈਂਟ ਹੋਏ ਵੱਡੇ ਤੋਂ ਵੱਡਾ PTO ਤੋਂ ਚੱਲਣ ਵਾਲਾ, ਅਤੇ ਉਹਨੂੰ ਬੜੇ ਆਰਾਮ ਨਾਲ ਚਲਾ ਸਕਦੇ। ਇਹਦਾ ਲੋਕ ਬੜਾ ਸੀਕ੍ਰੇਟ ਅਸੀਂ ਰੱਖਿਆ ਹੋਇਆ ਸੋ ਦੈਟ ਕਿ ਲੋਕਾਂ ਨੂੰ ਪਤਾ ਨਾ ਲੱਗੇ, ਜਾਂ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਪਤਾ ਹੋਵੇ। ਅੱਛਾ ਜੀ। ਉਹਦੇ ਲਈ ਇੱਕ ਸਪੈਸ਼ਲ ਟੂਲ ਵੀ ਅਸੀਂ ਬਣਾਇਆ। ਇਹ ਜਿਹੜਾ ਹੋਲ ਦਿੱਤਾ ਹੋਇਆ ਇਹਦੇ ਵਿੱਚ ਇੱਕ ਕੀ ਪੈਂਦੀ ਹੈ। ਹਾਂਜੀ, ਇਹ ਕੀ ਦੇ ਵਿੱਚ ਉਹਨੂੰ ਜਾ ਕੇ ਪੁਸ਼ ਕਰਨਾ, ਤਦ ਜਾ ਕੇ ਆਪਣਾ ਲੋਕ ਜਿਹੜਾ ਉਹ ਖੁੱਲੇਗਾ। ਲਓ ਵੀ ਸੱਜਣੋ, ਮਾਘੀ ਮੇਲੇ ਤੇ ਸਪੈਸ਼ਲ ਆਫਰ ਵੀ ਆ ਗਿਆ ਤੇ ਇੱਕ 90 HP ਟਰੈਕਟਰ ਸੋਲਿਸ ਕੰਪਨੀ ਵੱਲੋਂ ਆ ਗਿਆ ਵਾ, ਲਾਂਚ ਹੋ ਗਿਆ, ਜਿਹੜਾ ਕਿ ਹਜੇ ਤੱਕ ਕਿਸੇ ਵੀ ਕੰਪਨੀ ਕੋਲ 75 HP ਤੋਂ ਵੱਡਾ ਟਰੈਕਟਰ ਨਹੀਂ ਸੀਗਾ। ਤੇ ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਅੱਜ ਤੁਹਾਨੂੰ ਦਵਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਇਹਦੇ ਸਪੈਸ਼ਲ ਰੇਟ ਜਿਹੜੇ ਮਾਘੀ ਮੇਲੇ ਦੇ ਤੇ ਹੋਣਗੇ। ਨਾਲ ਆਪਣੇ ਹੋਣਗੇ ਅਲੀ ਸਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਬਹੁਤ ਵਧੀਆ ਲੱਗਾ ਜੀ, ਤੁਸੀਂ ਲੋਹੜੀ ਤੇ ਮਾਘੀ ਤੇ ਬਹੁਤ ਵੱਡਾ ਆਫਰ ਵੀ ਦਿੱਤਾ, ਇੱਕ ਝੋਟੇ ਵਰਗਾ ਟਰੈਕਟਰ ਵੀ ਦਿੱਤਾ ਜਿਹਦੀ ਬਹੁਤ ਟਾਈਮ ਤੋਂ ਇੰਤਜ਼ਾਰ ਸੀ ਜੀ। ਹਾਂ ਸਰ, ਬੇਸਿਕਲੀ ਮੈਂ ਵੀ ਪਿੱਛੇ 2-3 ਇਵੈਂਟ ਪੰਜਾਬ 'ਚ ਕਰ ਲਏ ਸੀਗੇ। ਹਾਂਜੀ। ਤੇ ਆਪਣੇ ਕਿਸਾਨ ਵੀਰ 90 HP ਨੂੰ ਲੈ ਕੇ ਬਹੁਤ ਐਕਸਾਈਟਿਡ ਸੀਗੇ ਕਿ ਜੀ ਆਪਾਂ ਨੂੰ 90 HP ਦਾ ਟਰੈਕਟਰ ਚਾਹੀਦਾ। ਬੇਸਿਕਲੀ ਜਿਹਨਾਂ ਜਿਹੜੇ ਸਾਈਲੇਜ ਦੀ ਐਪਲੀਕੇਸ਼ਨ ਤੇ ਟਰੈਕਟਰ ਚਲਾਉਂਦੇ ਆ। ਹਾਂਜੀ। ਤੇ ਜਿੰਨੇ ਕਿਸਾਨ ਵੀਰ ਆਪਣੇ ਸਾਈਲੇਜ ਵਾਲੇ ਹੈਗੇ ਜਿਹੜੇ ਸਾਈਲੇਜ ਦੀ ਯੂਜ਼ ਕਰਦੇ ਆ, ਹਾਂਜੀ, ਉਹਨਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਆ ਰਹੀ ਸੀ ਸਾਡੇ ਕੋਲ ਕਿ ਅਸੀਂ 90 HP ਚਲਾਉਣਾ, ਕਿਉਂਕਿ ਸਾਈਲੇਜ ਦੀ ਜਿਹੜੀ ਮਸ਼ੀਨ ਹੈ ਉਹ ਮਿਨੀਮਮ 90 HP ਉਹਨੂੰ ਰਿਕੁਆਇਰਡ ਹੁੰਦਾ। ਬਿਲਕੁਲ। ਇਸ ਕਰਕੇ ਕਿਸਾਨ ਵੀਰਾਂ ਦੀ ਸਪੈਸ਼ਲ ਡਿਮਾਂਡ ਤੇ, ਜਾਂ ਕਹਿ ਲਓ ਕਿ ਆਪਣੇ ਜਿਹੜੇ ਡੀਲਰ ਸਾਹਿਬ ਵੀ ਆਪਣੀ ਕੰਪਨੀ ਦੇ ਸਪੈਸ਼ਲ ਯਤਨਾਂ ਕਰਕੇ ਅਸੀਂ ਆਪਾਂ 90 HP ਅੱਜ ਮਾਘੀ ਮੇਲੇ ਦੇ ਵਿੱਚ ਲਾਂਚ ਕੀਤਾ ਜੀ। ਆਪਾਂ ਫੀਚਰ ਦੱਸਣ ਤੋਂ ਪਹਿਲਾਂ ਆਪਾਂ ਇੱਕ ਵਾਰ ਰੇਟ ਵੀ ਦੱਸ ਦਈਏ ਜਿਹੜਾ ਹੁਣ ਆਫਰ ਚੱਲ ਰਿਹਾ। ਹਾਂਜੀ ਹਾਂਜੀ, ਸਪੈਸ਼ਲੀ ਮਾਘੀ ਮੇਲੇ ਤੇ ਕਿਸਾਨ ਵੀਰਾਂ ਲਈ ਇਹ ਟਰੈਕਟਰ ਆਪਾਂ 26 ਲੱਖ ਰੁਪਏ ਦੇ ਵਿੱਚ ਦੇ ਰਹੇ ਹਾਂ। ਜੇ ਕੋਈ ਕਿਸਾਨ ਵੀਰ ਆਪਣਾ ਮਾਘੀ ਮੇਲੇ ਦੇ ਟਾਈਮ ਤੇ ਇਹਨੂੰ ਬੁੱਕ ਕਰਾਉਂਦਾ ਤੇ ਆਪਾਂ ਉਹਨੂੰ 26 ਲੱਖ ਦੇ ਵਿੱਚ ਟਰੈਕਟਰ ਦੇਵਾਂਗੇ। ਠੀਕ ਹੈ ਜੀ, ਆਪਣੇ ਇੱਥੇ ਆ ਕੇ ਸਟਾਲ ਤੇ ਆ ਕੇ ਸਟਾਲ ਤੇ ਆ ਕੇ ਬੁਕਿੰਗ ਕਰਾ ਦਿੰਦਾ ਆਪਣਾ, ਉਹਨਾਂ ਨੂੰ 26 ਲੱਖ ਦੇ ਵਿੱਚ ਆਪਾਂ ਟਰੈਕਟਰ ਦੇਵਾਂਗੇ। ਠੀਕ ਹੈ ਜੀ। ਹੁਣ ਆਪਾਂ ਜੇ ਸਰ ਇਹਦੇ ਫੀਚਰ ਦੀ ਗੱਲ ਕਰੀਏ, ਆਪਾਂ ਕੀ ਫੀਚਰ ਇਹਦੇ ਵਿੱਚ ਨਵੇਂ ਐਡ ਕਰ ਦਿੱਤੇ ਜਿਹੜੇ ਆਪਣੇ ਪਹਿਲੇ ਟਰੈਕਟਰਾਂ ਨਾਲੋਂ ਵੱਖਰਾ ਹੋਵੇ ਕੁਛ? ਵੈਸੇ ਤਾਂ ਭਾਜੀ ਤੁਹਾਨੂੰ ਸੋਲਿਸ ਦੀ ਸਾਰੀ ਸੀਰੀਜ਼ ਪਹਿਲਾਂ ਵੀ ਦਿਖਾ ਚੁੱਕੇ ਆ ਆਪਾਂ। ਹਾਂਜੀ। ਉਹਦੇ ਵਿੱਚ ਜੇ ਆਪਾਂ ਆਊਟਰ ਲੁੱਕਸ ਦੀ ਗੱਲ ਕਰੀਏ ਜਾਂ ਸ਼ੋਅ ਦੀ ਗੱਲ ਕਰੀਏ, ਸ਼ੋਅ ਦੇ ਵਿੱਚ ਉਹੀ ਕੁਛ ਹੈ ਜੀ। ਆਪਾਂ ਪਹਿਲਾਂ ਜਿਹੜੇ 4 ਪ੍ਰੋਜੈਕਟਰ ਲੈਂਪ ਆਪਣੇ ਨਾਰਮਲੀ ਸੋਲਿਸ ਟਰੈਕਟਰਾਂ ਦੇ ਵਿੱਚ ਆਉਂਦੇ ਆ, ਉਹੀ 4 ਪ੍ਰੋਜੈਕਟਰ ਲੈਂਪ ਆਪਾਂ ਇਹਦੇ ਵਿੱਚ ਦਿੱਤੇ ਆ। ਬਟ ਇਹਦੇ ਵਿੱਚ ਇੱਕ ਚੀਜ਼ ਐਡ ਕਰਤੀ ਉਹ ਆ ਕਿ ਕਈ ਵਾਰੀ ਕਿਸਾਨ ਵੀਰ ਜਦੋਂ ਰਾਤ ਨੂੰ ਕਿਤੇ ਖੇਤ ਦੇ ਵਿੱਚ ਕੰਮ ਕਰ ਰਿਹਾ ਵਾ, ਹਾਂਜੀ, ਠੀਕ ਹੈ ਜੀ, ਤੇ ਕੋਈ ਚੀਜ਼ ਉਹਨੂੰ ਬੋਨਟ ਦੇ ਵਿੱਚ ਖੋਲਣੀ ਆ ਜਾਂ ਰੇਡੀਏਟਰ ਦੇ ਵਿੱਚ ਪਾਣੀ ਪਾਉਣਾ, ਉਹਦੇ ਵਿੱਚ ਟਾਈਮ ਤੇ ਉਹਨੂੰ ਪ੍ਰੋਬਲਮ ਆਉਂਦੀ ਸੀਗੀ। ਹਾਂਜੀ। ਤੇ ਆਪਾਂ ਹੁਣ ਇੱਥੇ ਇੱਕ ਲਾਈਟ ਦੇਤੀ ਆ ਇਹ ਵਾਲੀ ਸਪੈਸ਼ਲੀ। ਹਾਂਜੀ, ਠੀਕ ਹੈ ਜੀ। ਇਸ ਲਾਈਟ ਦੇ ਲਈ
ਇਸ ਲਾਈਟ ਦੇ ਨਾਲ ਉਹਨੂੰ ਆਪਣਾ ਜਿਹੜਾ ਇੱਥੇ ਕੰਮ ਕਰਦੇ ਹੋਏ ਸਾਰਾ ਕੁਝ ਦਿਖੇਗਾ। ਸਪੈਸ਼ਲੀ ਇਹਦਾ ਜਿਹੜਾ ਬੋਨਟ ਹੈਗਾ, ਲੋਕੀ ਕਹਿੰਦੇ ਕਿ ਬੋਨਟ ਜਿਹੜਾ ਹੈਗਾ ਪੁਸ਼ ਬਟਨ ਤੋਂ ਖੁੱਲਦਾ ਜਾਂ ਲੋਕ ਜਿਹੜਾ ਹੈਗਾ, ਇਹਦਾ ਲੋਕ ਬੜਾ ਸੀਕ੍ਰੇਟ ਅਸੀਂ ਰੱਖਿਆ ਹੋਇਆ ਸੋ ਦੈਟ ਕਿ ਲੋਕਾਂ ਨੂੰ ਪਤਾ ਨਾ ਲੱਗੇ ਜਾਂ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਪਤਾ ਹੋਵੇ। ਅੱਛਾ ਜੀ। ਉਹਦੇ ਲਈ ਇੱਕ ਸਪੈਸ਼ਲ ਟੂਲ ਵੀ ਅਸੀਂ ਬਣਾਇਆ, ਇਹ ਜਿਹੜਾ ਹੋਲ ਦਿੱਤਾ ਹੋਇਆ ਇਹਦੇ ਵਿੱਚ ਇੱਕ ਕੀ ਪੈਂਦੀ ਹੈ। ਹਾਂਜੀ। ਇਹ ਕੀ ਦੇ ਵਿੱਚ ਉਹਨੂੰ ਜਾ ਕੇ ਪੁਸ਼ ਕਰਨਾ, ਤਦ ਜਾ ਕੇ ਆਪਣਾ ਲੋਕ ਜਿਹੜਾ ਉਹ ਖੁੱਲੇਗਾ। ਠੀਕ ਹੈ। ਪਤਾ ਨਹੀਂ ਲੱਗਦਾ, ਪਤਾ ਹੀ ਨਹੀਂ ਲੱਗਦਾ ਕਿ ਫਿਰ ਇਹਦਾ ਬੋਨਟ ਦਾ ਲੋਕ ਕਿੱਥੇ ਹੈਗਾ। ਹਾਂਜੀ ਹਾਂਜੀ ਠੀਕ ਹੈ। ਇਹਦੇ ਜਿਹੜੇ ਹੈਗੇ ਆ ਟੋਟਲ ਇਹ 5-6 ਵੇਟ ਲੱਗੇ ਹੋ ਆ। ਇੱਕ ਵੇਟ ਜਿਹੜਾ ਹੈਗਾ 31 ਕਿਲੋ ਦਾ, 31 ਕਿਲੋ ਦਾ ਇੱਕ ਕੁਇੰਟਲ 86 ਕਿਲੋ ਵਜਨ ਹੋ ਗਿਆ, ਇੱਕ ਕੁਇੰਟਲ 86 ਕਿਲੋ ਲਗਭਗ ਵੇਟ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਆਪਾਂ ਜੇ ਟਰੈਕਟਰ ਦੇ ਓਵਰਆਲ ਵੇਟ ਦੀ ਗੱਲ ਕਰੀਏ ਤਾਂ ਇਹਦਾ 4070 ਕਿਲੋ ਦੇ ਕਰੀਬ ਇਹਦਾ ਵੇਟ ਹੈ ਟਰੈਕਟਰ ਦਾ। ਠੀਕ ਹੈ ਜੀ। ਠੀਕ ਹੈ। ਤੇ ਮਤਲਬ ਆਪਣੀ ਜਿਹੜੀ ਹੈਵੀ ਹੌਲੇਜ ਐਪਲੀਕੇਸ਼ਨ ਹੈ ਉਹਦੇ ਲਈ ਪੂਰੀ ਤਰ੍ਹਾਂ ਤੋਂ ਇਹ ਟਰੈਕਟਰ ਜਿਹੜਾ ਹੈਗਾ ਸਕਸ਼ਮ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ। ਹਾਂਜੀ ਹਾਂਜੀ। ਤੇ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਫੀਚਰ ਕਿਹੜੇ ਦੀ ਗੱਲ ਕਰੀਏ? ਆਪਾਂ ਇਹਦੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਇੰਜਨ ਦੇ ਵਿੱਚ। ਹਾਂਜੀ। ਜਿਵੇਂ ਨੋਰਮਲੀ ਆਪਣੇ CRDI ਟਰੈਕਟਰ ਆਉਂਦੇ ਆ ਉਹਨਾਂ ਵਿੱਚ ਆ ਰਿਹਾ ਸੀਗਾ ਆਪਣਾ Stage 4 ਇੰਜਨ। ਹਾਂਜੀ। ਇਹਦੇ ਵਿੱਚ ਆਉਂਦਾ ਹੈ Stage 5 ਇੰਜਨ ਆਪਣਾ। ਹਾਂਜੀ। ਜਿਹੜਾ ਕਿ ਅੱਗੇ ਗਵਰਨਮੈਂਟ ਨੋਮਸ ਵੀ ਚੇਂਜ ਕਰ ਰਹੀ ਹੈ, ਉਹਦੇ ਅਕੋਰਡਿੰਗ ਸਾਡਾ ਟਰੈਕਟਰ ਜਿਹੜਾ ਹੈਗਾ ਗਵਰਨਮੈਂਟ ਦੇ ਨੋਮਸ ਨੂੰ ਪੂਰਾ ਕਰਦਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀ ਵੀ ਗਵਰਨਮੈਂਟ ਦੀ ਰੂਲਸ ਆਣਗੇ ਉਹਨਾਂ ਦੇ ਅਕੋਰਡਿੰਗ ਇਹ ਟਰੈਕਟਰ ਦਾ ਇੰਜਨ ਜਿਹੜਾ ਬਣਾਇਆ ਹੈ। ਹਾਂਜੀ। ਅਤੇ ਇੰਜਨ ਆਪਣਾ ਉਹੀ E3 ਟੈਕਨੋਲੋਜੀ ਹੈ, ਜੈਪਨੀਜ਼ E3 ਟੈਕਨੋਲੋਜੀ ਦੇ ਨਾਲ ਇਹ ਇੰਜਨ ਬਣਿਆ। ਹਾਂਜੀ। ਇਹ ਇੰਜਨ ਹੈਗਾ 4 ਸਿਲੰਡਰ ਹੈ, CC ਇਹਦੀ 4087 ਹੈ। ਠੀਕ ਹੈ ਜੀ। ਠੀਕ ਹੈ ਜੀ। ਇਹਦੀ ਜਿਹੜੀ ਆਪਾਂ ਮੈਕਸੀਮਮ ਪਾਵਰ ਦੀ ਗੱਲ ਕਰੀਏ 90 horsepower ਇਹਦਾ ਇੰਜਨ ਜਨਰੇਟ ਕਰਦਾ ਵਾ। ਠੀਕ ਹੈ ਜੀ। ਉਸ ਤੋਂ ਬਾਅਦ ਇਹਦਾ ਜਿਹੜਾ ਮੈਕਸੀਮਮ ਟੋਰਕ ਹੈ ਇੰਜਨ ਦਾ ਉਹ 375 ਨਿਊਟਨ ਮੀਟਰ ਦਾ ਟੋਰਕ ਦਿੰਦਾ ਇਹਦਾ ਇੰਜਨ। ਠੀਕ ਹੈ ਜੀ। PTO ਪਾਵਰ ਦੀ ਗੱਲ ਕਰੀਏ ਆਪਾਂ, PTO ਪਾਵਰ ਇਹਦੇ 'ਚ ਆਪਾਂ ਨੂੰ 78.5 HP ਦੀ PTO ਪਾਵਰ ਮਿਲਦੀ ਪਈ ਹੈ। ਠੀਕ ਹੈ ਜੀ। ਅਤੇ ਕੋਈ ਵੀ ਐਪਲੀਕੇਸ਼ਨ ਕੋਈ ਵੀ ਇੰਪਲੀਮੈਂਟ ਹੋਏ ਵੱਡੇ ਤੋਂ ਵੱਡਾ PTO ਤੋਂ ਚੱਲਣ ਵਾਲਾ ਅਤੇ ਉਹਨੂੰ ਬੜੇ ਆਰਾਮ ਨਾਲ ਚਲਾ ਸਕਦਾ। ਹਾਂਜੀ ਬਿਲਕੁਲ ਜੀ। ਉਸ ਤੋਂ ਬਾਅਦ ਆਪਾਂ ਇਹਦੇ ਗੱਲ ਕਰ ਲੈਂਦੇ ਹਾਂ ਫਰੰਟ ਐਕਸਲ ਦੀ। ਇਹਦੇ ਵਿੱਚ ਸਟ੍ਰੇਟ ਇਨਲਾਈਨ ਐਕਸਲ ਆਪਾਂ ਯੂਜ਼ ਕੀਤਾ, ਹੈਵੀ ਡਿਊਟੀ ਐਕਸਲ ਹੈ। ਠੀਕ ਹੈ ਜੀ। ਟਾਇਰ ਇਹਦੇ 'ਚ ਫਰੰਟ ਟਾਇਰ ਜਿਹੜੇ ਹੈ ਉਹ 12-4-24 ਹੈ ਅਤੇ ਪਿਛਲੇ ਟਾਇਰ ਜਿਹੜੇ ਹੈ ਇਹਦੇ ਉਹ 18-4-30 ਦੇ ਟਾਇਰ ਲਾਏ ਇਹਦੇ 'ਚ। ਠੀਕ ਹੈ ਜੀ। 90 HP ਆਪਣਾ ਜਿਹੜਾ ਆਊਗਾ ਉਹ 100% AC ਕੈਬਿਨ ਦੇ ਨਾਲ ਆਊਗਾ। ਓਕੇ ਜੀ। ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਜੇ ਮੈਂ ਅੰਦਰ AC ਵੈਂਟ ਦੀ ਗੱਲ ਕਰਾਂ, ਅੰਦਰ ਆਪ ਨੂੰ AC ਵੈਂਟ ਮਿਲ ਜਾਏਗਾ, ਬੀਕਨ ਲਾਈਟ ਮਿਲ ਜਾਏਗੀ, ਅਤੇ ਉਸ ਤੋਂ ਇਲਾਵਾ ਤੁਹਾਨੂੰ ਜਿਹੜੇ ਮਿਊਜ਼ਿਕ ਸਿਸਟਮ ਕੰਪਨੀ ਬਿਲਡ ਕੰਪਨੀ ਫਿਟਡ ਮਿਲੇਗਾ ਇਹਦੇ ਵਿੱਚ ਮਿਊਜ਼ਿਕ ਸਿਸਟਮ। ਯਾਨੀ ਕਿ ਕਿਸਾਨ ਨੂੰ ਕੋਈ ਅਸੈਸਰੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ, ਜ਼ਰੂਰਤ ਨਹੀਂ ਪੈਣੀ ਹੈ ਨਾ ਜੀ। ਕੰਪਲੀਟ ਮਿਲੂਗਾ ਆਪ ਨੂੰ। ਹਾਂਜੀ। ਫੁੱਲੀ ਲੋਡਿਡ ਮਤਲਬ ਕਹਿ ਸਕਦੇ ਹੋ ਇੱਕ ਤਰ੍ਹਾਂ ਤੋਂ ਕਿ ਇਹ ਫੁੱਲੀ ਲੋਡਿਡ ਟਰੈਕਟਰ ਹੈ। ਜਿਵੇਂ ਕਿ ਆ ਜੋ ਕੁਝ ਲਾਈਟਸ ਬਾਹਰ ਵਗੈਰਾ ਦੇਖ ਰਹੇ ਹਾਂ ਜੋ ਵੀ ਹੈ ਨਾ ਸਾਰਾ ਕੁਝ, ਹਾਂ ਇਹ ਸਾਰੀ 100% ਇਹ ਕੰਪਨੀ ਫਿਟਡ ਹੈ, ਸਾਰੇ ਕੁਝ ਮਿਲੂਗੀ ਤੁਹਾਨੂੰ, ਜਿੰਨੀ ਵੀ ਲਾਈਟਾਂ ਲੱਗੀਆਂ ਹੋਈਆਂ ਸਾਰਾ ਕੁਝ ਇਹ ਕੰਪਨੀ ਫਿਟਡ ਮਿਲਣਾ ਆਪਾਂ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਉਸ ਤੋਂ ਬਾਅਦ ਆ ਜਾਂਦੇ ਹਾਂ ਫਿਊਲ ਟੈਂਕ ਤੇ। ਇਹਦਾ ਜਿਹੜਾ ਡੀਜ਼ਲ ਦਾ ਟੈਂਕ ਹੈ ਉਹ 110 ਲੀਟਰ ਦਾ ਹੈ, ਨਾਲ ਇਹਦੇ ਯੂਰੀਆ ਦਾ ਟੈਂਕ ਦਿੱਤਾ ਹੋਇਆ ਕਿ ਡੀਜ਼ਲ ਦੇ ਨਾਲ ਨਾਲ ਇਹਦੇ 'ਚ, ਕਿਉਂਕਿ ਆਪਾਂ Stage 5 ਯੂਜ਼ ਕਰ ਰਹੇ ਹਾਂ ਤਾਂ Stage 5 ਦੇ ਵਿੱਚ ਜਿਵੇਂ ਗੱਡੀਆਂ ਦੇ ਵਿੱਚ ਆ ਗਿਆ ਯੂਰੀਆ ਪੈਂਦਾ, ਹਾਂਜੀ ਉੱਦਾਂ ਹੀ ਸਾਡੇ ਟਰੈਕਟਰ ਦੇ ਵਿੱਚ ਵੀ ਯੂਰੀਆ ਪੈਣਾ ਹੈ। ਇਹ ਕਿੰਨਾ ਹੋਊਗਾ ਯੂਰੀਆ ਵਾਲਾ ਟੈਂਕ ਇਹਦਾ ਜੀ, ਕਿੰਨੇ ਲੀਟਰ ਦਾ? ਇਹ ਆਈ ਥਿੰਕ 20-25 ਲੀਟਰ ਦਾ ਟੈਂਕ ਹੈ ਇਹਦਾ। ਠੀਕ ਹੈ ਜੀ। ਹਾਂਜੀ ਠੀਕ ਹੈ ਠੀਕ ਹੈ। ਤੇ ਇਸ ਤੋਂ ਬਾਅਦ ਅੰਦਰਲੇ ਫੀਚਰ ਦੀ ਗੱਲ ਕਰ ਲਈਏ। ਹਾਂ, ਇਸ ਤੋਂ ਬਾਅਦ ਆਪਾਂ ਅੰਦਰਲੇ ਫੀਚਰ ਦੀ ਗੱਲ ਕਰ ਲੈਂਦੇ ਹਾਂ। ਪਹਿਲਾਂ ਤੁਹਾਨੂੰ ਆ ਜਾਓ ਅੰਦਰ, ਆਪਾਂ ਕੋਕਪਿਟ ਦਿਖਾ ਦਿੰਦੇ ਹਾਂ ਕਿਸ ਤਰੀਕੇ ਨਾਲ। ਸਭ ਤੋਂ ਪਹਿਲਾਂ ਤਾਂ ਤੁਸੀਂ ਡਰਾਈਵਰ ਸੀਟ ਦੇਖੋ। ਹਾਂਜੀ। ਡਰਾਈਵਰ ਸੀਟ ਜਿਹੜੀ ਆ ਉਹ ਇੱਕਦਮ ਪ੍ਰੀਮੀਅਮ ਕੁਆਲਿਟੀ ਵਾਲੀ, ਆਪਾਂ ਜਿਹੜੀ ਗੱਡੀਆਂ ਵਾਲੀ ਕਹਿ ਲਓ, ਇਹਦੇ ਵਿੱਚ ਆਪਾਂ ਨੂੰ ਦੋਨੋਂ ਸਾਈਡ 'ਤੇ ਆਮ ਰੈਸਟ ਮਿਲ ਜਾਂਦੇ ਆ। ਹਾਂਜੀ ਠੀਕ ਹੈ ਜੀ। ਗੱਡੀ ਦੇ ਜੇ ਇਹਨੂੰ ਆਪਾਂ ਇਹਦੀ ਟੋ ਐਡਜਸਟ ਕਰਨੀ ਹੈ ਇਹ ਵੀ ਆਪਾਂ ਨੂੰ ਮਿਲ ਜਾਂਦਾ ਟੋ ਐਡਜਸਟ ਕਰਨ ਵਾਸਤੇ। ਠੀਕ ਹੈ ਜੀ। ਅਤੇ
ਅੱਗੇ ਪਿੱਛੇ ਐਡਜਸਟ ਕਰਨੀ ਆ ਉਹਦੇ ਵਾਸਤੇ ਆਪਾਂ ਨੂੰ ਇਹ ਪੁਸ਼ ਲੀਵਰ ਮਿਲ ਜਾਂਦਾ। ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਾਂ ਨੂੰ ਹੋਰ ਕੀ ਮਿਲਦਾ ਪਿਆ ਵਾ। ਇੱਕ ਆਪਣਾ ਜਿਹੜਾ ਇਹਦੇ 'ਚ ਸਟੀਅਰਿੰਗ ਹੈ ਉਹ ਟਿਲਟੇਬਲ ਵੀ ਹੈਗਾ। ਹਾਂਜੀ। ਅਤੇ ਪਲੱਸ ਟੈਲੀਸਕੋਪਿਕ ਵੀ ਹੈ। ਇਹ ਦੋਨੋਂ ਆਪਾਂ ਨੂੰ ਆਪਸ਼ਨ ਮਿਲ ਜਾਂਦੀਆਂ ਇਹਦੇ ਵਿੱਚ ਕਿ ਇਹਦੀ ਤੁਸੀਂ ਹਾਈਟ ਵੀ ਐਡਜਸਟ ਕਰ ਸਕਦੇ ਹੋ ਅਤੇ ਇਹਨੂੰ ਆਪਾਂ ਇੱਦਾਂ ਅੱਗੇ ਪਿੱਛੇ ਉੱਪਰ ਥੱਲੇ ਵੀ ਕਰ ਸਕਦੇ ਹਾਂ। ਅਤੇ ਹੁਣ ਸਰ ਜਿਵੇਂ ਮੈਂ ਜਿਦਾਂ ਹੀ ਤੁਸੀਂ ਇਹ ਬਟਨ ਆਨ ਕਰੋਗੇ ਤਾਂ ਤੁਹਾਡੇ ਮੀਟਰ ਦੇ ਵਿੱਚ ਤੇ ਸਾਰਾ ਸਿਸਟਮ ਜਿਹੜਾ ਇਲੈਕਟ੍ਰਿਕ ਹੈ ਉਹ ਕੰਮ ਕਰੂਗਾ, ਅਦਰਵਾਈਜ਼ ਤੁਹਾਡਾ ਇਲੈਕਟ੍ਰਿਕ ਸਿਸਟਮ ਸਾਰਾ ਆਨ ਆਫ ਰਹੇਗਾ। ਜਿਹੜਾ ਆਪਾਂ ਜਿਵੇਂ ਕਿ ਕੁਛ ਕਿਸਾਨ ਵੀਰ ਕੀ ਕਰਦੇ ਸਰ ਵੀ ਬੈਟਰੀ ਦੇ ਕੋਲੇ ਅਲੱਗ ਤੋਂ ਸਵਿੱਚ ਲਗਾਉਂਦੇ ਸਵਿੱਚ ਲਗਾ ਦਿੰਦੇ ਆ ਬੈਟਰੀ ਕੱਟ ਆਫ ਸਵਿੱਚ ਕਹਿੰਦੇ ਆ ਆਪਾਂ ਜਿਹਨੂੰ। ਹਾਂਜੀ ਹਾਂਜੀ। ਉਹ ਆਪਾਂ ਐਂ ਕਰਤਾ ਕਿ ਇਹਦਾ ਪੂਰਾ ਜਿੰਨਾ ਵੀ ਇਲੈਕਟ੍ਰਿਕ ਸਿਸਟਮ ਹੈਗਾ ਹੈ ਉਹ ਪੂਰਾ ਆਪਾਂ ਇਸ ਬਟਨ ਤੋਂ ਕਰਤਾ। ਜਿਵੇਂ ਕਿਸਾਨ ਵੀਰ ਕੀ ਕਰੇਗਾ ਕਿ ਬਈ ਜਿਹਨਾਂ ਨੂੰ ਇਹ ਹੁੰਦਾ ਕਿ ਸਾਡਾ ਟਰੈਕਟਰ ਯਾਰ ਚੋਰੀ ਨਾ ਹੋ ਜਾਵੇ ਜਾਂ ਕਿਸੇ ਕੋਈ ਸਟਾਰਟ ਨਾ ਕਰ ਦੇਵੇ ਕਿ ਕੋਈ ਬੱਚਾ ਚੜ ਗਿਆ ਜਿਵੇਂ ਟਰੈਕਟਰ ਤੇ, ਠੀਕ ਹੈ, ਉਦੋਂ ਇਹ ਬਟਨ ਦਬਾਤਾ। ਉਹ ਬਟਨ ਦਬਾਉਣ ਤੋਂ ਬਾਅਦ ਇੱਥੇ ਜਾ ਕੇ ਘੁਮਾਈ ਜਾਊਗਾ ਸਾਰਾ ਕੁਛ। ਹਾਂਜੀ। ਠੀਕ ਹੈ। ਇਹਨੇ ਇੱਥੇ ਬੰਦ ਹੋ ਜਾਣਾ, ਇਹਨੇ ਮੀਟਰ ਨੇ ਕੰਮ ਨਹੀਂ ਕਰਨਾ। ਹੁਣ ਜਦੋਂ ਬੰਦਾ ਕੋਈ ਜਾਣਕਾਰ ਜਾਂ ਜਿਹਨੂੰ ਪਤਾ ਹੋਏਗਾ ਟਰੈਕਟਰ ਬਾਰੇ ਉਹ ਚੜੇਗਾ, ਉਹ ਇਹ ਸਵਿੱਚ ਨੂੰ ਆਨ ਕਰੇਗਾ। ਜਿੱਦਾਂ ਹੀ ਆਪਾਂ ਇਹ ਸਵਿੱਚ ਆਨ ਕਰਿਆ ਉਸ ਤੋਂ ਬਾਅਦ ਇਹ ਸਾਰਾ ਆਪਣਾ ਇਲੈਕਟ੍ਰਿਕ ਕੰਮ ਕਰਨ ਲੱਗ ਗਿਆ। ਠੀਕ ਹੈ ਜੀ। ਠੀਕ ਹੈ। ਤਾਂ ਇੱਕ ਤਰੀਕੇ ਦੇ ਨਾਲ ਇਹ ਐਂਟੀ ਥੈਫਟ ਕਹਿ ਲਓ ਜਾਂ ਸੇਫਟੀ ਫੀਚਰ ਕਹਿ ਲਓ ਜਾਂ ਕਹਿ ਲਓ ਕਿ ਕਦੇ ਜਿਵੇਂ ਜਵਾਕ ਚੜ ਜਾਂਦੇ ਆ ਟਰੈਕਟਰ ਜਿਹੜਾ ਹੈਗਾ ਉਹ ਸਟਾਰਟ ਨਾ ਕਰ ਦੇ, ਇਸ ਕਰਕੇ ਆਪਾਂ ਇਹ ਇਹਦੇ ਵਿੱਚ ਐਡ ਕਰਤਾ ਹੋਇਆ। ਬਿਲਕੁਲ ਜੀ। ਠੀਕ ਹੈ। ਬਾਕੀ ਤੁਹਾਨੂੰ ਪਤਾ ਇਹਦੇ ਵਿੱਚ ਆਪਾਂ ਨੂੰ ਕੀ ਮਿਲਦਾ ਪਿਆ। ਇਹਦੇ 'ਚ ਆਪਾਂ ਨੂੰ ਆਰਪੀਐਮ ਮੀਟਰ ਮਿਲਦਾ, ਇਹਦੇ 'ਚ ਆਪਾਂ ਨੂੰ ਟੈਂਪਰੇਚਰ ਮੀਟਰ ਮਿਲਦਾ, ਇਹਦੇ 'ਚ ਆਪਾਂ ਨੂੰ ਫਿਊਲ ਗੇਜ ਮਿਲਦੀ ਹੈ, ਇਸ ਤੋਂ ਆਵਰ ਮੀਟਰ ਮਿਲਦਾ, ਇਸ ਤੋਂ ਬਾਅਦ ਆਪਾਂ ਨੂੰ ਇੱਥੇ ਪੀਟੀਓ ਔਨ ਆਫ ਦਾ ਸਿਗਨਲ ਮਿਲੇਗਾ ਕਿ ਆਪਣੀ ਪੀਟੀਓ ਔਨ ਹੈ ਕਿ ਔਫ ਹੈ, ਪੀਟੀਓ ਦਾ ਵੀ ਪਤਾ ਲੱਗੂਗਾ। ਇਹਦੇ ਵੀ ਸਵਿੱਚ 'ਤੇ ਹੀ ਹੈ। ਠੀਕ ਹੈ। ਜਿੱਦਾਂ ਹੀ ਤੁਸੀਂ ਪੀਟੀਓ ਇੰਗੇਜ ਕਰੋਗੇ ਇੱਥੇ ਸਿਗਨਲ ਆ ਜਾਣਾ ਪੀਟੀਓ ਔਨ ਦਾ। ਹਾਂਜੀ। ਜੇ ਔਨ ਕਰਾਂਗੇ ਪੀਟੀਓ ਤਾਂ ਫਿਰ ਆਪਾਂ ਇੱਧਰੋਂ ਕਰ ਸਕਦੇ ਔਨ ਕਰ ਸਕਦੇ ਹਾਂ। ਹਾਂਜੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੋਰ ਕੀ ਆਪਾਂ ਨੂੰ ਮਿਲ ਰਿਹਾ ਵਾ। ਇਹ ਸਟੀਅਰਿੰਗ ਵਾਲਾ ਮੈਂ ਤੁਹਾਨੂੰ ਦੱਸਤਾ ਸੀਗਾ ਕਿ ਇਹਦੇ ਵਿੱਚ ਮਿਲਦਾ। ਉਸ ਤੋਂ ਬਾਅਦ ਆਪਾਂ ਨੂੰ ਇਹਦੇ 'ਚ ਮਿਲਦੇ ਆ ਏਸੀ। ਏਸੀ ਦੇ ਟੋਟਲ 11 ਵੈਂਟ ਹੈ ਆਪਣੇ। ਠੀਕ ਹੈ ਜੀ। ਚਾਰ ਤਾਂ ਸਾਹਮਣੇ ਹੋ ਗਏ ਜੀ। ਹਾਂਜੀ। ਇੱਧਰਲੇ ਪਾਸੇ 2 ਹੋ ਗਏ। ਹਾਂਜੀ। 3 ਇਹ ਹੋ ਗਏ ਤੇ 2 ਇੱਧਰਲੇ ਪਾਸੇ ਆ ਗਏ। ਟੋਟਲ 11 ਏਸੀ ਇਵੈਂਟ ਆ ਗਏ ਆਪਣੇ ਕੋਲ ਟੋਟਲ। ਬਹੁਤ ਜ਼ਿਆਦਾ ਹੋ ਗਿਆ ਜੀ। ਤੇ ਮਤਲਬ ਗੱਡੀ ਜਿਹੜੀ ਜਿਵੇਂ ਕਹਿ ਲਈ ਆਪਣਾ ਏਸੀ ਦਾ ਜਿਹੜਾ ਕੈਬਿਨ ਹੈਗਾ ਟਰੈਕਟਰ ਦਾ, ਹਾਂਜੀ, ਉਹ ਜ਼ਿਆਦਾ ਜ਼ਿਆਦਾ 2 ਮਿੰਟ ਲੱਗਦੇ ਆ ਪੂਰਾ ਕੈਬਿਨ ਜਿਹੜਾ ਇੱਕਦਮ ਠੰਡਾ ਹੋ ਜਾਂਦਾ, ਚਿਲਡ ਹੋ ਜਾਂਦਾ। ਫਿਰ ਇਸੇ ਏਸੀ ਨੂੰ ਤੁਸੀਂ ਐਜ਼ ਆ ਹੀਟਰ ਵੀ ਯੂਜ਼ ਕਰ ਸਕਦੇ ਹੋ, ਜਿਵੇਂ ਆਪਾਂ ਗੱਡੀਆਂ 'ਚ ਕਰਦੇ ਹਾਂ ਟੈਂਪਰੇਚਰ ਵਧਾ ਕੇ ਆਪਾਂ ਉਹਨੂੰ ਐਜ਼ ਆ ਹੀਟਰ ਯੂਜ਼ ਕਰ ਲੈਂਦੇ ਹਾਂ। ਅਤੇ ਸੇਮ ਆਪਣਾ ਹੈਗਾ ਕਿ ਆਪਾਂ ਜਿੱਦਾਂ ਟੈਂਪਰੇਚਰ ਵਧਾਉਂਦੇ ਜਾਵਾਂਗੇ ਤਾਂ ਇਹੀ ਆਪਣਾ ਐਜ਼ ਆ ਹੀਟਰ ਵੀ ਕੰਮ ਕਰੇਗਾ। ਠੀਕ ਹੈ ਜੀ। ਠੀਕ ਹੈ। ਤੇ ਕਈ ਵਾਰੀ ਇਹ 뮤직 ਸਿਸਟਮ ਇਹਦੇ ਵਿੱਚ ਕੰਪਨੀ ਫਿਟਡ ਆਏਗਾ। ਹਾਂਜੀ। ਇਹ ਬਹੁਤ ਵਧੀਆ ਗੱਲ ਕੀਤੀ, ਨਹੀਂ ਤਾਂ ਏਸੀ ਕੈਬਨ ਟਰੈਕਟਰ ਮਿਲ ਜਾਂਦੇ ਪਰ 뮤직 ਸਿਸਟਮ ਅਲੱਗ ਲਵਾਉਣਾ ਪੈਂਦਾ। ਹਾਂਜੀ ਹਾਂਜੀ। ਤੇ ਤੁਸੀਂ ਬਾਕੀ ਏਸੀ ਕੈਬਨ ਦੀ ਬਿਲਡ ਕੁਆਲਿਟੀ ਚੈੱਕ ਕਰ ਸਕਦੇ ਹੋ। ਹਾਂਜੀ। ਕਿ ਪ੍ਰੋਪਰ ਹਰੇਕ ਚੀਜ਼ ਪ੍ਰੋਪਰ ਫਿਟ ਐਂਡ ਫਿਨਿਸ਼ ਹੈ, ਕੁਆਲਿਟੀ ਇੱਕਦਮ ਵਧੀਆ ਹਰੇਕ ਚੀਜ਼ ਦੀ। ਬਿਲਕੁਲ ਜੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਬਟਨ ਕਿਹੜੇ ਕਿਹੜੇ ਆਉਂਦੇ ਆ। ਬਟਨ ਆਪਾਂ ਇੱਥੇ ਲਾਇਆ ਹੋਇਆ ਇੱਧਰਲੇ ਪਾਸੇ, ਬਾਹਰ ਤੁਸੀਂ ਦੇਖੋਗੇ ਆਪਣੀ ਬੀਕਨ ਲਾਈਟ ਲੱਗੀ ਹੋਈ ਹੈ। ਬੀਕਨ ਲਾਈਟ ਕਹਿੰਦੇ ਆ, ਬੀਕਨ ਲਾਈਟ ਲੱਗੀ ਹੋਈ ਹੈ। ਇਹ ਆਪਣਾ ਹੈਗਾ ਵਾਈਪਰ ਦਾ, ਇੱਥੋਂ ਆਪਣਾ ਵਾਈਪਰ ਔਨ ਆਫ ਹੋ ਜਾਂਦਾ। ਉਸ ਤੋਂ ਬਾਅਦ ਇੱਧਰਲੇ ਪਾਸੇ ਇਹਦੀ ਸਪੀਡ ਪਾਣੀ ਦਾ ਹੈ ਕਿ ਪਾਣੀ ਜਿਹੜਾ ਚੱਲਦਾ ਵਾ। ਠੀਕ ਹੈ। ਉਸ ਤੋਂ ਬਾਅਦ ਪਿਛਲੇ ਪਾਸੇ ਜਿਹੜਾ ਪਿਛਲੇ ਵਾਲੀ ਸੀਟ ਵਾਈਪਰ ਹੈ ਉਹਦੇ 'ਤੇ ਪਾਣੀ ਚਲਾਉਣਾ ਹੈ ਤਾਂ ਉਹ ਵੀ ਆ ਜਾਂਦਾ।
ਇਹ ਆਪਣੀਆਂ ਜਿਹੜੀਆਂ ਉੱਪਰ ਕੈਬਿਨ ਦੇ ਲਾਈਟਾਂ ਲੱਗੀਆਂ ਹੋਈਆਂ ਉਹਨਾਂ ਦੇ ਲਈ ਸਵਿਚ ਹੈ ਇਹ। ਠੀਕ ਹੈ ਜੀ, ਠੀਕ ਹੈ ਜੀ, ਓਕੇ। ਸੈਕੰਡ ਆਪਾਂ ਇੱਧਰ ਇਹ ਫਿਊਜ਼ ਬਾਕਸ ਆ ਗਏ ਇੱਥੇ ਸਾਰਾ। ਇਹ ਫਿਊਜ਼ ਬਾਕਸ, ਇਹ ਬੇਸਿਕਲੀ ਆਪਣਾ ਹੈਗਾ ਫਿਊਜ਼ ਬਾਕਸ ਏਸੀ ਦੇ ਲਈ ਜਿਹੜਾ ਹੈਗਾ ਸਾਰਾ ਇਲੈਕਟ੍ਰਿਕ ਸਿਸਟਮ ਦਾ, ਇੱਥੇ ਕਰਤਾ। ਮੇਨ ਟਰੈਕਟਰ ਦਾ ਫਿਊਜ਼ ਬਾਕਸ ਜਿਹੜਾ ਉਹ ਦੂਜੀ ਥਾਂ ਤੇ। ਠੀਕ ਹੈ ਜੀ, ਹੁਣ ਆਪਾਂ ਇਸ ਦੇ ਲੀਵਰਸ ਬਾਰੇ ਦੱਸ ਦਿੰਦੇ ਆਪਾਂ ਲੀਵਰ ਬਾਰੇ ਦੱਸ ਦਿੰਦੇ ਹਾਂ ਤੁਹਾਨੂੰ। ਹੁਣ ਆਪਾਂ ਲੀਵਰਸ ਦੀ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਇਹ ਹੈਗਾ ਸਾਡਾ ਸ਼ਟਲ ਲੀਵਰ ਜੀ। ਸ਼ਟਲ ਲੀਵਰ, ਇਹਨੂੰ ਫਾਰਵਰਡ ਰਿਵਰਸ ਲੀਵਰ ਵੀ ਕਹਿ ਦਿੰਦੇ ਹਾਂ ਆਪਾਂ। ਇਹਨੂੰ ਬੜੇ ਆਰਾਮ ਨਾਲ ਤੁਸੀਂ ਡਰਾਈਵਰ ਸੀਟ ਤੇ ਬਹਿ ਕੇ ਕਿਸੇ ਵੀ ਤਰੀਕੇ ਦਾ ਤੁਹਾਨੂੰ ਅੱਗੇ ਪਿੱਛੇ ਹੋਣ ਦੀ ਲੋੜ ਨਹੀਂ, ਡਰਾਈਵਰ ਸੀਟ ਤੇ ਬੈਠੇ ਬੈਠੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ। ਠੀਕ ਹੈ ਜੀ, ਫਿਰ ਇਧਰਲੇ ਪਾਸੇ ਆਪਣਾ ਆ ਜਾਂਦਾ ਗੇਅਰ, ਮੇਨ ਗੇਅਰ ਦਾ ਲੀਵਰ, ਜਿਹਦੇ 'ਚ ਆਪਾਂ ਚਾਰ ਗੇਅਰ ਦੇ ਰਹੇ ਹਾਂ, 1, 2, 3, 4। ਇਹਦੇ 'ਚ ਟੋਟਲ 12+12 ਮਲਟੀ ਸਪੀਡ ਟਰਾਂਸਮਿਸ਼ਨ ਹੈ। ਟੋਟਲ 24 ਸਪੀਡਾਂ ਆਉਂਦੀਆਂ ਆਪਣੀਆਂ, 12 ਫਾਰਵਰਡ ਸਪੀਡਾਂ ਨੇ ਇਹਦੇ 'ਚ ਅਤੇ 12 ਰਿਵਰਸ ਸਪੀਡਾਂ ਨੇ। ਠੀਕ ਹੈ, ਇੱਧਰਲੇ ਪਾਸੇ ਆਪਣਾ ਹਾਈ ਲੋ ਮੀਡੀਅਮ ਵਾਲਾ ਆ ਜਾਂਦਾ। ਹਾਂਜੀ, ਠੀਕ ਹੈ ਜੀ, ਇਹ ਰੇਂਜ ਲੀਵਰ ਆ ਗਿਆ ਜੀ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹ ਕੀ ਚੀਜ਼ ਹੈ, ਇਹ ਸਪੈਸ਼ਲ ਆਪਾਂ ਜੋਇਸਟਿਕ ਦਿੱਤੀ ਹੈ। ਇਹ ਜੋਇਸਟਿਕ ਕਿਹਦੇ ਵਾਸਤੇ ਦਿੱਤੀ ਹੈ, ਜਿਵੇਂ ਆਪਾਂ ਲੋਡਰ ਲਗਾਉਣਾ ਹੈ। ਹਾਂਜੀ, ਤੇ ਲੋਡਰ ਲਗਾਉਣ ਵਾਸਤੇ ਆਪਾਂ ਨੂੰ ਕੀ ਹੈ ਕਿ ਅਲੱਗ ਤੋਂ ਇੱਕ ਵੈਲਵ ਲਗਵਾਉਂਦੇ ਆ ਲੋਕੀ, ਬਾਹਰੋਂ ਫਿਟਿੰਗ ਕਰਾਉਂਦੇ ਆ। ਬਿਲਕੁਲ ਜੀ, ਠੀਕ ਹੈ। ਫਿਰ ਉਹ ਪੂਰਾ ਸਿਸਟਮ, ਪਾਈਪਾਂ ਪੂਈਪਾਂ ਸਭ ਕੁਝ ਬਾਹਰੋਂ ਦਿਸਦਾ ਹੁੰਦਾ। ਆਪਾਂ ਇਹੋ ਜਿਹਾ ਕੋਈ ਸਿਸਟਮ ਨਹੀਂ ਰੱਖਿਆ, ਕਸਟਮਰ ਨੇ ਸਿਰਫ ਅਟੈਚਮੈਂਟ ਲਗਾਉਣੀ ਹੈ। ਅਟੈਚਮੈਂਟ ਜਿਵੇਂ ਆਪਾਂ ਪਿਛਲੇ ਪਾਸੇ ਪਲੋ ਦੀਆਂ ਲਗਾਉਂਦੇ ਆ ਨਾ, ਕੁਇਕ ਕਪਲਿੰਗ ਵਾਲਾ ਸਿਸਟਮ, ਆਪਾਂ ਇੱਥੇ ਜਿੱਦਾਂ ਮੈਂ ਤੁਹਾਨੂੰ ਬਾਹਰ ਜਦੋਂ ਉਤਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ, ਇੱਥੇ ਆਪਾਂ 5 ਕੁਇਕ ਕਪਲਰਸ ਲਗਾ ਤੇ ਕਿ ਡਾਇਰੈਕਟ ਲੋਡਰ ਦੀਆਂ ਪਾਈਪਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਇੱਥੇ ਕਨੈਕਟ ਕਰੋ। ਹਾਂਜੀ, ਠੀਕ ਹੈ, ਤੇ ਤੁਹਾਡਾ ਲੋਡਰ ਕੰਮ ਕਰਨ ਲੱਗ ਜਾਏਗਾ। ਉਸ ਤੋਂ ਬਾਅਦ ਜੇ ਤੁਸੀਂ ਸਪੋਜ਼ ਲੋਡਰ ਦੀ ਅਟੈਚਮੈਂਟ ਉਤਾਰਨੀ ਹੈ ਤੇ ਤੁਹਾਨੂੰ ਕੋਈ ਸਿਸਟਮ ਖੋਲਣ ਦੀ ਜ਼ਰੂਰਤ ਨਹੀਂ ਕਿ ਇੱਥੋਂ ਆਪਾਂ ਪਾਈਪ ਖੋਲ ਰਹੇ ਹਾਂ, ਇੱਥੋਂ ਲੀਕ ਕਰ ਰਹੇ ਹਾਂ, ਇੱਥੋਂ ਪਾਈਪ ਖੋਲ ਰਹੇ ਹਾਂ, ਇੱਥੋਂ ਲੀਕ ਕਰ ਰਹੇ ਹਾਂ, ਉਹ ਕਰਨ ਦੀ ਲੋੜ ਨਹੀਂ ਹੈ। ਤੁਸੀਂ ਉੱਥੇ ਜਿਹੜੀ ਕੋਈ ਕਪਲਿੰਗ ਦਿੱਤੀ ਹੋਈ ਹੈ ਉੱਥੋਂ ਪਾਈਪ ਕੱਢ ਦਿਓ, ਤੁਹਾਡਾ ਕੋਈ ਕਪਲਰ ਜਿਹੜਾ ਨਿਕਲ ਜਾਣਾ। ਉਸ ਤੋਂ ਬਾਅਦ ਤੁਸੀਂ ਲੋਡਰ ਜਿੱਦਾਂ ਮਰਜ਼ੀ ਡਿਟੈਚ ਕਰ ਦਿਓ, ਅੱਧਾ ਜੇਸੀਬੀ ਸਿਸਟਮ ਦੇ ਦਿੱਤਾ, ਅੱਧਾ ਜੇਸੀਬੀ ਸਿਸਟਮ ਇਹਦੇ 'ਚ ਹੀ ਦੇ ਦਿੱਤਾ। ਹਾਂਜੀ, ਠੀਕ ਹੈ। ਫਿਰ ਆਪਾਂ ਆ ਜਾਂਦੇ ਹਾਂ ਭਾਅ ਜੀ, ਇਹ ਜਿਹੜਾ ਹੈਗਾ ਆਪਣਾ ਹੈਂਡ ਐਕਸੀਲੇਟਰ ਲੀਵਰ ਹੈ। ਜਿਸ ਤਰੀਕੇ ਦਾ ਆਪਣਾ ਕਹਿ ਲਓ ਕਿ ਜਿਵੇਂ ਜਹਾਜ਼ ਦਾ ਆਪਾਂ ਜਦੋਂ ਟੇਕ ਆਫ ਕਰਦੇ ਹਾਂ ਤੇ ਆਪਣਾ ਏਅਰਪਲੇਨ ਦੀ ਆਪਾਂ ਸਪੀਡ ਵਧਾਉਂਦੇ ਹਾਂ, ਉਹਦਾ ਲੀਵਰ ਇੱਦਾਂ ਹੁੰਦਾ। ਤੇ ਆਪਾਂ ਸੇਮ ਕਨਸੈਪਟ ਤੇ ਇਹਨੂੰ ਲੀਵਰ ਨੂੰ ਦੇਤਾ ਕਿ ਕਸਟਮਰ ਨੂੰ ਅੰਦਰ ਬਹਿ ਕੇ ਜਹਾਜ਼ ਵਾਲੀ ਫੀਲਿੰਗ ਆਵੇ ਕਿ ਆਪਾਂ ਜਹਾਜ਼ ਚਲਾ ਰਹੇ ਹਾਂ। ਹਾਂਜੀ, ਤੇ ਉਹਦੇ ਲਈ ਆਪਾਂ ਇਹ ਹੈਂਡ ਐਕਸੀਲੇਟਰ ਲੀਵਰ ਦੇਤਾ। ਇਹ ਹੈਂਡ ਐਕਸੀਲੇਟਰ ਲੀਵਰ ਆਪਣਾ ਸਹੀ ਹੈ, ਆਰਾਮ ਨਾਲ ਇੱਥੇ ਬਹਿ ਕੇ ਤੁਸੀਂ ਇਹਨੂੰ ਚਲਾ ਸਕਦੇ ਹੋ। ਬਿਲਕੁਲ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਇਹ ਆ ਗਿਆ ਆਪਣਾ ਡਰਾਫਟ ਕੰਟਰੋਲ ਲੀਵਰ। ਹਾਂਜੀ, ਇਹ ਨਹੀਂ, ਇਹ ਆ ਗਿਆ ਪੋਜੀਸ਼ਨ ਕੰਟਰੋਲ ਲੀਵਰ, ਇਹ ਆ ਗਿਆ ਆਪਣਾ ਡਰਾਫਟ ਕੰਟਰੋਲ ਲੀਵਰ। ਠੀਕ ਹੈ, ਇਹ ਦੋ ਲੀਵਰ ਆਪਣੇ ਦਿੱਤੇ ਹੋਏ ਆ। ਉਸ ਤੋਂ ਬਾਅਦ ਆਰਮ ਰੈਸਟ ਦਿੱਤੀਆਂ ਹੋਈਆਂ, ਬੰਦੇ ਨੇ ਰੋਡ ਤੇ ਜਾਣਾ ਆਰਾਮ ਨਾਲ, ਕੰਫਰਟੇਬਲੀ ਟਰੈਕਟਰ ਚਲਾਉਣਾ, ਆਰਮ ਰੈਸਟ ਖੋਲੇ ਆਪਣਾ ਟਰੈਕਟਰ ਚਲਾਉਂਦਾ ਰਹੇ। ਬਿਲਕੁਲ ਜੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਪਾਂ ਕਰੀਏ ਪੀਟੀਓ ਦੀ ਗੱਲ। ਹਾਂਜੀ, ਇਹਦੇ ਵਿੱਚ ਪੀਟੀਓ ਦੇ ਆਪਾਂ ਨੂੰ ਆਪਸ਼ਨ ਜਿਹੜੇ ਮਿਲ ਰਹੇ ਆ ਉਹ ਮਿਲਦੇ ਪਏ ਆ 540 ਸਟੈਂਡਰਡ। ਠੀਕ ਹੈ ਜੀ, 540 ਇਕੋਨਮੀ ਪੀਟੀਓ, ਜਿਹਨੂੰ ਆਪਾਂ ਇਕੋ ਪੀਟੀਓ ਕਹਿ ਦਿੰਦੇ ਹਾਂ। ਹਾਂਜੀ, ਠੀਕ ਹੈ ਜੀ। ਇੱਕ ਮਿਲਦੀ ਆਪਾਂ ਨੂੰ ਰਿਵਰਸ ਪੀਟੀਓ, ਤੇ ਉਹਦੇ ਲਈ ਆਪਣਾ ਲੀਵਰ ਦਿੱਤਾ ਹੋਇਆ ਇਹ ਸਟੈਂਡਰਡ 540 ਤੇ 540 ਈ ਜਿਹੜਾ ਇਕਨੋਮੀਕਲ ਪੀਟੀਓ ਹੈ। ਉਸ ਤੋਂ ਬਾਅਦ ਆਪਣੀ ਰਿਵਰਸ ਪੀਟੀਓ, ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਇੰਡੀਪੈਂਡੈਂਟ ਪੀਟੀਓ, ਡਬਲ ਕਲੱਚ ਕਹਿ ਲਈਏ ਨਾ ਆਪਾਂ, ਇਹ ਟਰੈਕਟਰ ਆਪਣਾ ਜਿਹੜਾ ਹੈਗਾ ਡਬਲ ਕਲੱਚ ਦੇ ਵਿੱਚ ਹੈ। ਉਸ ਤੋਂ ਬਾਅਦ ਇਹ ਹੈਗਾ ਆਪਣਾ ਇੰਡੀਪੈਂਡੈਂਟ ਪੀਟੀਓ ਵਾਲਾ ਲੀਵਰ, ਤੇ ਤੁਸੀਂ ਪੀਟੀਓ ਲੀਵਰ ਨੂੰ ਡਿਸਇੰਗੇਜ ਕਰਨਾ ਹੈ। ਇਹ ਜਿਹੜਾ ਲੋਕ ਹੈਗਾ, ਲੋਕ ਨੂੰ ਖਿੱਚੋ, ਆਰਾਮ ਨਾਲ ਆਪਣੇ ਆਪ ਚਲਿਆ ਜਾਊਗਾ। ਓਕੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਇਹ ਵਾਲੇ ਲੀਵਰਾਂ ਦੇ। ਹਾਂਜੀ, ਆਪਣਾ ਪਿਛਲੇ ਸਾਈਡ ਤੇ ਆਪਾਂ ਜਿਹੜਾ ਡੀਸੀਵੀ ਡਾਇਰੈਕਸ਼ਨ ਕੰਟਰੋਲ ਵਾਲ ਲਗਾਇਆ, ਜਿਵੇਂ ਆਪਾਂ ਪਲੋ ਚਲਾਉਣਾ ਰਿਵਰਸੀਬਲ, ਜੇ ਆਪਾਂ ਬੇਲਰ ਚਲਾਉਣਾ ਆ, ਜੇ ਆਪਾਂ ਸਾਈਲੇਜ ਦੀ ਮਸ਼ੀਨ ਚਲਾਉਣੀ ਹੈ, ਉਹਦੇ ਵਾਸਤੇ ਆਪਣੇ ਇਹ ਲੀਵਰ ਦੇ ਤੇ ਆਪਾਂ। ਠੀਕ ਹੈ ਜੀ, ਕਿ ਤੁਸੀਂ
ਐਡੀਸ਼ਨਲੀ ਤੁਹਾਨੂੰ ਕੁਛ ਵੀ ਲਵਾਉਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਟਰੈਕਟਰ ਦੇ ਵਿੱਚ। ਇਹ ਟਰੈਕਟਰ ਫੁੱਲੀ ਲੋਡਡ ਹਰ ਇੱਕ ਚੀਜ਼ ਲਈ, ਇਹਦੇ ਵਿੱਚ ਇੱਕ ਡੀਸੀ ਵੀ ਅੱਗੇ ਲੱਗਿਆ ਹੋਇਆ, ਇੱਕ ਅਗਲੇ ਪਾਸੇ ਵਾਸਤੇ ਜੋਇਸਟਿਕ ਦੇ ਨਾਲ ਲੱਗਿਆ ਹੋਇਆ ਤੇ ਪਿੱਛੇ ਵਾਲੇ ਜਿਹੜੇ ਚਲਾਣੇ ਆਪਾਂ ਇੰਪਲੀਮੈਂਟ ਉਹਨਾਂ ਦੇ ਲਈ ਇਹ ਲੱਗਿਆ ਹੋਇਆ ਹੈ, ਇਹ ਲੀਵਰ ਜਿਹੜੇ ਲੱਗੇ ਹੋਏ ਆ ਆਪਣੇ। ਬਿਲਕੁਲ ਜੀ, ਠੀਕ ਹੈ ਜੀ। ਫਿਰ ਆਪਾਂ ਆ ਜਾਂਦੇ ਹਾਂ ਕਿ ਵੀ ਕਈ ਵਾਰ ਕਈ ਬੰਦੇ ਕਹਿੰਦੇ ਆ ਜੀ ਸਾਨੂੰ ਸਫੋਕੇਸ਼ਨ ਜੀ ਫੀਲ ਹੋ ਰਹੀ ਹੈ ਤੇ ਮੈਂ ਕੈਬਿਨ ਖੋਲ੍ਹਣਾ, ਇਹਦਾ ਸ਼ੀਸ਼ੇ ਖੋਲ੍ਹਣੇ ਆ, ਠੀਕ ਹੈ ਜੀ। ਤੇ ਇਹਦੇ ਸ਼ੀਸ਼ੇ ਖੋਲ੍ਹਣ ਵਾਸਤੇ ਆਪਾਂ ਨੂੰ ਨੋਰਮਲੀ ਇਹਨੂੰ ਆਪਾਂ ਖੋਲ੍ਹਾਂਗੇ, ਓਕੇ, ਤੇ ਇਧਰਲੇ ਪਾਸਿਓਂ ਇਹ ਸ਼ੀਸ਼ਾ ਜਿਹੜਾ ਹੈਗਾ ਇਹ ਖੁੱਲ੍ਹ ਜਾਣਾ, ਠੀਕ ਹੈ ਜੀ, ਠੀਕ ਹੈ। ਤੇ ਪਿੱਛੇ ਵਾਲਾ ਸ਼ੀਸ਼ਾ ਖੋਲ੍ਹਣਾ ਤਾਂ ਪਿੱਛੇ ਵਾਲਾ ਸ਼ੀਸ਼ਾ ਖੋਲ੍ਹਣ ਵਾਸਤੇ ਆਪਾਂ ਨੂੰ ਜਸਟ ਇਹ ਲੀਵਰ ਜਿਹੜਾ ਹੈਗਾ ਇਹਨੂੰ ਆਪਾਂ ਖਿੱਚ ਕੇ ਆਰਾਮ ਨਾਲ ਪਿੱਛੇ ਵਾਲਾ ਸ਼ੀਸ਼ਾ ਖੁੱਲ੍ਹ ਜਾਏਗਾ, ਹਾਂਜੀ, ਠੀਕ ਹੈ ਜੀ। ਦੱਸਿਆ ਸੀਗਾ ਕਿ ਇਹਦੇ ਵਿੱਚ ਆਪਣਾ ਜਿਹੜਾ ਪੀਟੀਓ ਇੰਗੇਜ ਕਰ, ਆਪਣਾ ਫੋਰ ਵੀਲਰ ਆਪਾਂ ਇੰਗੇਜ ਕਰਨਾ ਵਾ, ਹਾਂਜੀ, ਇਹ ਹੈਗਾ ਆਪਣਾ ਬਟਨ, ਓਕੇ ਜੀ। ਇਹ 2 ਵੀਲ ਤੇ 4 ਵੀਲ ਦੇ ਵਿੱਚ ਆਪਣਾ ਇੰਗੇਜ ਡਿਸਇੰਗੇਜ ਹੋ ਜਾਏਗਾ, ਇਸ ਸਵਿਚ ਦੇ ਥਰੂ ਹੋਏਗਾ ਆਪਣਾ, ਕੋਈ ਲੀਵਰ ਨਹੀਂ, ਸਿਰਫ ਇੱਕ ਬਟਨ, ਕੁਝ ਨਹੀਂ, ਹਾਂਜੀ, ਬਿਲਕੁਲ ਇੱਕਦਮ। ਤੇ ਪੀਟੀਓ ਵੀ ਆਨ ਆਫ ਇੱਥੇ ਹੋਣੀ ਹੈ, ਪੀਟੀਓ ਆਨ ਆਫ ਹੋਏਗਾ ਤੁਹਾਡਾ, ਇਦਾਂ ਆਨ ਕਰਤਾ ਤੁਸੀਂ ਉੱਥੇ ਤੁਹਾਡਾ ਸਿਗਨਲ ਆ ਜਾਊਗਾ ਪੀਟੀਓ ਆਨ ਹੈਗੀ ਆ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਇਹ ਪਾਰਕਿੰਗ ਲੀਵਰ ਆ ਗਿਆ ਜੀ, ਆਪਣਾ ਪਾਰਕਿੰਗ ਬ੍ਰੇਕ ਆ ਗਈ, ਹਾਂਜੀ, ਹਾਂ। ਇਹ ਜਿਹੜੀਆਂ ਆਪਣੀਆਂ ਹੈਗੀਆਂ ਭਾਜੀ, ਇੱਕ ਤਾਂ ਹੈਗੀ ਆ ਟਰਾਂਸਪੋਰਟ ਲੋਕ, ਜਿਵੇਂ ਆਪਾਂ ਰੋਡ ਤੇ ਜਾ ਰਹੇ ਹਾਂ, ਹਾਂਜੀ, ਠੀਕ ਹੈ। ਤੇ ਰੋਡ ਤੇ ਜਾਂਦੇ ਹੋਏ ਆਪਾਂ ਨੂੰ ਇੰਪਲੀਮੈਂਟ ਜਿਹੜਾ ਹੈ ਉਹ ਥੱਲੇ ਨਾ ਜਾਵੇ, ਉਹਦੇ ਵਾਸਤੇ ਲੋਕ ਕਰਨਾ, ਠੀਕ ਹੈ, ਤੇ ਆਪਾਂ ਟਰਾਂਸਪੋਰਟ ਲੋਕ ਕਰ ਦਿੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਈ ਵਾਰੀ ਇਹੋ ਜਿਹੀ ਐਪਲੀਕੇਸ਼ਨ ਚਲਾ ਰਹੇ ਹੁੰਦੇ ਹਾਂ ਜਿਹਦੇ 'ਚ ਸਾਨੂੰ ਲਿਫਟ ਦੀ ਸਪੀਡ ਘਟਾਉਣੀ ਵਧਾਉਣੀ ਹੈ, ਹਾਂਜੀ, ਠੀਕ ਹੈ। ਕਿ ਕੁਛ ਇੰਪਲੀਮੈਂਟ ਇੱਦਾਂ ਚਲਾਉਣੇ ਆ ਕਿ ਆਪਾਂ ਨੂੰ ਇੱਕਦਮ ਉਹਦੀ ਲਿਫਟ ਜ਼ਿਆਦਾ, ਸਪੀਡ ਜ਼ਿਆਦਾ ਚਾਹੀਦੀ ਹੈ, ਜਾਂ ਕੁਛ ਇੰਪਲੀਮੈਂਟ ਇੱਦਾਂ ਦੇ ਹੁੰਦੇ ਆ ਕਿਉਂਕਿ ਜਦ ਇੰਪਲੀਮੈਂਟ ਇੱਕਦਮ ਥੱਲੇ ਜਾਂਦਾ, ਹਾਂਜੀ ਹਾਂਜੀ, ਤੇ ਉਹਦਾ ਇੰਪੈਕਟ ਪੈਂਦਾ ਹੈ ਕਿ ਸਾਰੇ ਦਾ ਸਾਰਾ ਲੋਡ ਲਿਫਟ ਦੇ ਜਿਹੜਾ ਰੈਮ ਸਿਲੰਡਰ ਆ ਉਹਦੇ 'ਤੇ ਆ ਜਾਂਦਾ, ਅਤੇ ਉਹਦੀ ਸਪੀਡ ਘਟਾਉਣ ਵਧਾਉਣ ਵਾਸਤੇ ਵੀ ਇਹ ਨੌਬ ਦਿੱਤੀ ਹੋਈ ਹੈ ਕਿ ਜੇ ਤੁਸੀਂ ਉਹਨੂੰ ਲਿਫਟ ਨੂੰ ਜ਼ਿਆਦਾ ਸਪੀਡ ਨਾਲ ਥੱਲੇ ਕਰਨਾ ਜਾਂ ਸਲੋ ਸਪੀਡ ਨਾਲ ਥੱਲੇ ਕਰਨਾ, ਤੁਸੀਂ ਇਹਦੇ ਵਿੱਚ ਲੋ ਅਤੇ ਹਾਈ ਆ ਲਿਖਿਆ ਹੋਇਆ, ਇਹਦੇ ਨਾਲ ਤੁਸੀਂ ਕਰ ਸਕਦੇ ਹੋ, ਕਰ ਸਕਦੇ ਹੋ, ਹਾਂਜੀ। ਅਤੇ ਆਟੋ ਲਿਫਟ ਵੀ ਇਹਦੇ ਵਿੱਚ ਆ ਗਿਆ, ਹਾਂ, ਇਹਦੇ ਵਿੱਚ ਇਹ ਆ ਗਿਆ ਆਪਣਾ ਲਿਫਟ ਆਟੋਮੈਟਿਕ ਵਾਲਾ, ਹਾਂਜੀ। ਇਹਦੇ ਵਿੱਚ ਕੀ ਹੈ ਕਿ ਤੁਸੀਂ ਲਿਫਟ ਚੱਕਣੀ ਹੈ ਤੇ ਰੱਖਣੀ ਹੈ, ਉਹਦੇ ਵਿੱਚ ਆਪਾਂ ਕਿਸੇ ਜਗ੍ਹਾ ਤੇ ਬੰਨੀ ਹੋਈ ਹੈ ਲੈਫਟ ਤੇ, ਉਧਰ ਆਪਾਂ ਨੂੰ ਛੇੜਨ ਦੀ ਲੋੜ, ਛੇੜਨ ਦੀ ਲੋੜ ਨਹੀਂ ਹੈ, ਸਿੰਪਲੀ ਤੁਸੀਂ ਇਹ ਬਟਨ ਦਬਾਉਣਾ ਹੈ, ਹਾਂਜੀ, ਠੀਕ ਹੈ, ਇਹ ਬਟਨ ਦਬਾਉਣਾ, ਇਹਦੇ ਨਾਲ ਤੁਹਾਡੀ ਲਿਫਟ ਉੱਪਰ ਆ ਜਾਣੀ। ਹੁਣ ਜੇ ਤੁਸੀਂ ਲਿਫਟ ਥੱਲੇ ਕਰਨੀ ਹੈ, ਲਿਫਟ ਥੱਲੇ ਕਰਨ ਵਾਸਤੇ ਇਹ ਹੈਗਾ, ਇਹਨੂੰ ਬਟਨ ਦਬਾਓਗੇ ਲਿਫਟ ਥੱਲੇ ਜਾਣਾ, ਥੱਲੇ ਜਾਣਾ, ਹਾਂਜੀ, ਠੀਕ ਹੈ ਜੀ। ਇਹ ਹੋ ਗਏ ਜੀ ਸਾਡੇ ਕੈਬਿਨ ਦੇ ਫੀਚਰਸ, ਹਾਂਜੀ। ਹੁਣ ਆਪਾਂ ਪਿੱਛੇ ਚੱਲਦੇ ਹਾਂ, ਪਿੱਛੇ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ ਮੈਂ ਇਹਦੇ ਟਰੈਕਟਰ ਬਾਰੇ ਕੀ ਹੈਗਾ ਆਪਣਾ, ਹਾਂਜੀ ਹਾਂਜੀ। ਟਾਇਰ ਸਾਈਜ਼ ਮੈਂ ਤੁਹਾਨੂੰ ਇਹ ਤਾਂ ਦੱਸਿਆ ਸੀਗਾ, ਪਿੱਛੇ ਆਪਣਾ 18-4-30 ਦਾ ਟਾਇਰ ਆ ਰਿਹਾ, ਹਾਂਜੀ, ਠੀਕ ਹੈ। ਹੁਣ ਆਪਾਂ ਪਿੱਛੇ ਆ ਜਾਂਦੇ ਹਾਂ ਟਰੈਕਟਰ ਤੇ, ਆਪਾਂ ਨੂੰ ਸਟੈਂਡਰਡ ਫਿਟਮੈਂਟ ਦੇ ਵਿੱਚ ਕੀ ਮਿਲੂਗਾ? ਆਪਾਂ ਨੂੰ ਸਟੈਂਡਰਡ ਫਿਟਮੈਂਟ ਦੇ ਵਿੱਚ ਇਹ ਹੁੱਕ ਮਿਲਣਾ, ਠੀਕ ਹੈ, ਟੌਪ ਲਿੰਕ ਮਿਲੇਗੀ। ਸਟੈਂਡਰਡ ਫਿਟਮੈਂਟ ਦੇ ਵਿੱਚ ਆਪਣਾ ਇਹ 4 ਪੋਰਟ ਵਾਲਾ ਆਪਾਂ ਨੂੰ ਡੀਸੀ ਵੀ ਮਿਲ ਜਾਣਾ ਇਹਦੇ 'ਚ, ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਤੁਸੀਂ ਟਰਾਲੀ ਇਕੱਲੀ ਚਲਾਉਣੀ ਹੈ, ਟਰਾਲੀ ਵਾਸਤੇ ਅਲੱਗ ਤੋਂ ਇੱਕ ਆਪਾਂ ਪਾਈਪ ਦੇ ਦਿੱਤਾ, ਠੀਕ ਹੈ ਜੀ, ਇਹ ਹੈਗਾ। ਉਸ ਤੋਂ ਬਾਅਦ 7-pin ਸਾਕਟ ਆ ਗਿਆ, 7-pin ਸਾਕਟ ਮਿਲੂਗਾ ਤੁਹਾਨੂੰ, ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਰੀਅਰ ਵਾਈਪਰ ਦੇਖ ਲਓ, ਇਹ ਜਿਹੜੀ ਬੀਕਨ ਲਾਈਟ ਦੀ ਮੈਂ ਗੱਲ ਕਰ ਰਿਹਾ ਸੀਗਾ, ਟਰੈਕਟਰ ਚਲਾਉਂਦੇ ਹੋਏ ਤੁਸੀਂ ਫੀਲਡ ਦੇ ਵਿੱਚ ਚਲਾਉਂਦੇ ਹੋ ਤਾਂ ਇਹ ਬੀਕਨ ਲਾਈਟ ਹੈ ਆਪਣੀ, ਠੀਕ ਹੈ। ਜੇ ਆਪਾਂ ਇਸ ਟਰੈਕਟਰ ਦੀ ਲਿਫਟ ਕਪੈਸਿਟੀ ਦੀ ਗੱਲ ਕਰੀਏ, ਇਹਦੇ ਵਿੱਚ ਆਪਣੀ ਲਿਫਟ ਕਪੈਸਿਟੀ ਹੈਗੀ ਹੈ 3000 ਕਿਲੋ, ਠੀਕ ਹੈ ਜੀ, ਠੀਕ ਹੈ ਜੀ। ਬਟ ਜੇ ਕੋਈ ਕਸਟਮਰ ਕਹਿੰਦਾ ਕਿ ਮੈਂ ਜ਼ਿਆਦਾ ਲਿਫਟ ਕਪੈਸਿਟੀ ਕਰਨੀ ਹੈ, ਤਾਂ ਇਹਦੇ ਵਿੱਚ ਆਪਾਂ ਹਜੇ ਇੱਕ ਸਿਲੰਡਰ ਲਾਇਆ ਹੋਇਆ, ਓਕੇ ਜੀ, ਦੂਜੇ ਸਿਲੰਡਰ ਦਾ ਆਪਾਂ ਪ੍ਰੋਵੀਜ਼ਨ ਦੇਤਾ, ਠੀਕ ਹੈ। ਜੇ ਕਸਟਮਰ ਕੋਈ ਚਾਹੁੰਦਾ ਹੈ ਤਾਂ ਆਪਣੇ ਕੋਲ ਆਪਸ਼ਨ ਹੈਗਾ, ਤੇ ਇਹਦੀ ਲਿਫਟ ਕਪੈਸਿਟੀ ਆਪਾਂ 3500 kg ਤੱਕ ਕਰ ਸਕਦੇ ਹਾਂ, 500 kg ਦਾ ਆਪਾਂ 500 kg ਆਪਾਂ ਵਧਾ ਸਕਦੇ ਹਾਂ ਇਹਦੀ ਲਿਫਟ ਹੋਰ, ਠੀਕ ਹੈ ਜੀ, ਠੀਕ ਹੈ। ਤਾਂ ਟੋਟਲ 3500 kg ਦੀ ਲਿਫਟ ਹੋ ਜਾਊਗੀ ਇਹਦੀ, ਬਿਲਕੁਲ ਜੀ, ਠੀਕ ਹੈ ਜੀ। ਤੇ ਆਪਣਾ ਜਿਹੜਾ AC ਕੈਬਿਨ ਹੈ, ਹਾਂਜੀ, ਇਹ ਸਰਟੀਫਾਈਡ ਹੈ,
ਦੇਖੋ ਤੁਸੀਂ ਇੱਥੇ ਜਦੋਂ ਦੇਖੋਗੇ ਆਹ ਸਰਟੀਫਾਈਡ ਦੀ ਪੂਰੀ ਇਹ ਮੋਹਰ ਲੱਗੀ ਹੋਈ ਹੈ ਇੰਟਰਨੈਸ਼ਨਲ ਟਰੈਕਟਰ ਦੀ, ਪ੍ਰੋਪਰ ਟੈਸਟਿਡ ਕੀਤਾ ਹੋਇਆ ਸਾਰਾ ਕੁਛ ਇਹ, ਠੀਕ ਹੈ ਜੀ। ਓਕੇ, ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਇੱਧਰਲੇ ਪਾਸੇ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਲੋਡਰ ਵਾਸਤੇ ਆਪਾਂ ਇੱਕ ਅਰੇਂਜਮੈਂਟ ਦਿੱਤਾ ਵਾ। ਹਾਂਜੀ ਹਾਂਜੀ, ਠੀਕ ਹੈ। ਇਹ ਲੋਡਰ ਦਾ ਅਰੇਂਜਮੈਂਟ ਹੈ ਕਿ ਤੁਹਾਨੂੰ ਅਲੱਗ ਤੋਂ ਕੁਛ ਵੀ ਲਗਾਉਣ ਦੀ ਲੋੜ ਨਹੀਂ ਹੈ। ਆਹ ਬੇਸ ਪਲੇਟਾਂ ਦੇਖੋ ਲੱਗੀਆਂ ਹੋਈਆਂ, ਜਿਹੜੀ ਕਿ ਆਪਾਂ ਕਹਿ ਲਓ ਕਿ ਚੈਸੀ ਨੂੰ ਪੂਰਾ ਸਪੋਰਟ ਕਰਦੀਆਂ ਨੇ। ਇਹ ਅੱਗੇ ਤੋਂ ਲੈ ਕੇ ਪਿੱਛੇ ਤੱਕ ਦੇ ਰੱਖੀਆਂ। ਹਾਂਜੀ, ਠੀਕ ਹੈ। ਅਤੇ ਹੈਵੀ ਡਿਊਟੀ ਆਪਣਾ ਟਰੈਕਟਰ ਬਣਾਇਆ ਹੋਇਆ, ਜੇ ਤੁਸੀਂ ਸਪੋਜ਼ ਇਹਦੇ 'ਤੇ ਲੋਡਰ ਲਗਾਉਣਾ ਤਾਂ ਲੋਡਰ ਲਗਾਓ, ਲੋਡਰ ਦੀਆਂ ਪਾਈਪਾਂ ਡਾਇਰੈਕਟ ਇੱਥੇ ਅਟੈਚ ਕਰ ਲਓ, ਠੀਕ ਹੈ। ਤੁਹਾਨੂੰ ਐਡੀਸ਼ਨਲ ਕੁਛ ਲਗਾਉਣ ਦੀ ਲੋੜ ਨਹੀਂ ਹੈ, ਇਹਦੇ ਵਿੱਚ ਕੋਈ ਵੈਲ ਲਗਵਾਉਣ ਦੀ ਲੋੜ ਨਹੀਂ ਹੈ। ਫਿਰ ਜਦੋਂ ਆਪਾਂ ਲੋਡਰ ਖੋਲ੍ਹਣਾ, ਇੱਥੋਂ ਪਾਈਪਾਂ ਖੋਲ੍ਹ ਦਿਓ ਅਤੇ ਲੋਡਰ ਆਪਣਾ ਡਿਸਮੈਂਟਲ ਕਰ ਦਿਓ। ਤੁਹਾਡੇ ਟਰੈਕਟਰ 'ਤੇ ਕਿਸੇ ਤਰੀਕੇ ਦੀ ਕੋਈ ਲੀਕੇਜ ਵੀ ਨਹੀਂ ਹੋਣੀ ਅਤੇ ਟਰੈਕਟਰ ਵੀ ਤੁਹਾਡਾ ਸਾਫ਼ ਸੁਥਰਾ ਰਹੂਗਾ। ਬਿਲਕੁਲ ਜੀ, ਠੀਕ ਹੈ ਜੀ, ਠੀਕ ਹੈ ਜੀ। ਅਤੇ ਇਹ ਕੁਛ ਜਾਣਕਾਰੀ ਸੀਗੀ ਭਾਅ ਜੀ, ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਜਿਹੜੀ ਹੈਗੀ ਹੈ ਇਹ ਕਿਸਾਨ ਵੀਰਾਂ ਲਈ ਬਹੁਤ ਫਾਇਦੇਮੰਦ ਰਹੇਗੀ, ਠੀਕ ਹੈ। ਬਾਕੀ ਘਰ ਬੈਠਿਆਂ ਨੂੰ ਪਤਾ ਲੱਗ ਜੂਗਾ ਆਪਣੇ ਟਰੈਕਟਰ ਦੇ ਵਿੱਚ ਕੀ ਕੁਛ ਆ ਗਿਆ। ਆਪਾਂ 90 HP ਲੈ ਕੇ ਆ ਰਹੇ ਹਾਂ, 90 ਦੇ ਵਿੱਚ ਆਪਾਂ ਕੀ ਚੀਜ਼ਾਂ ਦੇ ਰਹੇ ਹਾਂ ਤੇ ਸਾਰਾ ਕੁਝ ਘਰੇ ਬੈਠੇ ਪਤਾ ਲੱਗ ਜੂਗਾ। ਬਿਲਕੁਲ। ਤੇ ਸਰ ਵੱਧ ਤੋਂ ਵੱਧ ਆਓ, ਕੋਸ਼ਿਸ਼ ਇਹੀ ਹੈ ਕਿ ਤੁਸੀਂ ਮਾਘੀ ਮੇਲਾ ਜਿਹੜਾ ਆਪਣਾ ਮੁਕਤਸਰ ਸਾਹਿਬ ਦੇ ਵਿੱਚ ਲੱਗਿਆ ਹੋਇਆ, ਇੱਥੇ ਆਓ, ਬੁਕਿੰਗ ਕਰਾਓ। ਸਪੈਸ਼ਲ ਰੇਟ ਅਸੀਂ ਇੱਥੇ ਓਪਨ ਕੀਤਾ, ਤੁਹਾਨੂੰ ਦੱਸਿਆ ਮੈਂ 26 ਲੱਖ ਰੁਪਈਆ ਸਪੈਸ਼ਲ ਮਾਘੀ ਮੇਲੇ ਦਾ ਪ੍ਰਾਈਜ਼ ਹੈ, ਠੀਕ ਹੈ। ਤੇ ਵੱਧ ਤੋਂ ਵੱਧ ਕਿਸਾਨ ਵੀਰ ਇਸ ਚੀਜ਼ ਦਾ ਫਾਇਦਾ ਚੱਕੋ, ਮੈਂ ਇਹੀ ਬੇਨਤੀ ਕਰੂੰਗਾ। ਬਾਕੀ ਕਿਸਾਨ ਵੀਰਾਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ। ਧੰਨਵਾਦ ਜੀ, ਧੰਨਵਾਦ।